ਪੰਜਾਬ ਵਿੱਚ ਸਰਗਰਮ ਲੁਟੇਰਾ ਗਰੋਹ ਵੱਲੋਂ ਬੈਂਕ ਵਿੱਚ ਲੈਣ ਦੇਣ ਲਈ ਆਉਣ ਵਾਲੇ ਭੋਲੇ ਭਾਲੇ ਲੋਕਾਂ ਨਾਲ ਆਏ ਦਿਨ ਠੱਗੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 2,31,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। इस संबंधी जानकारी दिंदिया किरणप्रीत कौर ने दस्या कि 20 तरीक नूं फगवाड़ा दे नहरू नगर विखे स्थित पंजाब नैशनल बैंक दे एटीएम विच पैसे कढवाउण लई गई सी, जिस दौरान उसके एटीएम चों पैसे ना निकलन ते नज़दीक खड़े एक नौजवान ने उसनूं उसकी मदद करन लई कहा ते उसने बड़ी हुशियारी नाल लड़की का एटीएम कार्ड बदल दिता अते उसनूं कह दिता कि उसका एटीएम नहीं चल रहा। जदों उसने कुछ दिनों बाद बैंक जा के पता किया तो उसके खाते 2,31,000 रुपए कढ़वा ले गए सन। तो लड़की के दसण मुताबक हुण उसके खाते सिर्फ 30 रुपए बाकी हैं। पीड़ित लड़की ने इस सारे मामले संबंधी थाना सिटी पुलिस नूं एक लिखती शिकायत दे दी है। उधर इस सारे मामले संबंधी गलबात करदे थाना सिटी के SHO अमनदीप नाह ने की कहा, आओ दिखाते हाँ तुहानूं पूरी खबर। मेरा नाम किरणप्रीत कौर है। हाँ बेटा, अज तुसीं सिटी थाने दे विच आए, की मामला की है? जी, जिदा मैं 20 तरीक नूं अपने ATM दे पिन लगवाउण वास्ते नहरू बैंक पंजाब नैशनल बैंक विच गई सी, ते उत्थे जदों मैं ATM दा पिन लगवा लिया, अंदरों बैंक वाले अंकल नूं बुला के ते ओह चले गए, कहिंदे अपने पैसे कढ़वा लो। ते जदों मैं अपने पैसे कढ़वा रही सी ते उस समय मेरे कोल पैसे निकल दी ऑप्शन नहीं सी आ रही, ते मेरे पिछे एक मुंडा खड़ा सी ते उहने आके जिदा कहा कि तुहाडा कार्ड नहीं चल रहा, पैसे नहीं निकल रहे। मैं कहा नहीं निकल रहे, कहिंदा कि चलो मैं देखदा आ। उन्हें जदों मेरे पैसे जिदा कार्ड चलाउण दी कोशिश कीती ते ना कहिंदा कि इहदे विच पैसे नहीं आ, उन्हें है ना अपना कार्ड मैनू फेक कोई देता ते मेरा अपने को रख लिया। किन्नी पेमेंट सी तुहाडे? 2,31,000 सी। मैडम किहड़े ATM दे विच होई आ इह घटना? तुहाडे पंजाब नैशनल बैंक थे फगवाड़ा नहरू नगर ਦੇ ਵਿੱਚ। ਤੇ ਤੁਹਾਡੇ ਕਿੰਨੇ ਅਮਾਉਂਟ ਸੀਗੀ ਵਿੱਚ ਖਾਤੇ? ਟੋਟਲ ਅਮਾਉਂਟ ਕਿੰਨੀ ਸੀ? 2,31,000 ਸੀ। ਤੇ ਹੁਣ ਤੁਸੀਂ ਮੁੜ ਕੇ ਉਸ ਤੋਂ ਬਾਅਦ ਚੈੱਕ ਕੀਤੇ ਵੀ ਹੁਣ ਕਿੰਨੇ ਪੈਸੇ ਉਹਦੇ ਵਿੱਚ? ਹੁਣ ਉਹਦੇ ਵਿੱਚ ਸਾਰਾ ਖਾਤਾ ਖਾਲੀ ਕਰ ਦਿੱਤਾ ਗਿਆ ਹੈ ਤੇ ਸਿਰਫ 30 ਰੁਪਏ ਵਿੱਚ। ਤੇ ਤੁਹਾਨੂੰ ਕੀ ਸ਼ੱਕ ਲੱਗਦੀ ਵੀ ਜਿਹੜੇ ਲੜਕੇ ਨੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਦੇ ਵੱਲੋਂ ਹੀ ਸਭ ਕੀਤਾ ਗਿਆ? ਹਾਂਜੀ, ਉਹਦੇ ਵੱਲੋਂ ਹੀ ਸਾਰਾ ਕੁਝ ਕੀਤਾ ਗਿਆ ਹੈ। ਉਹਨੇ ਆਪਣਾ ਕੋਈ ਫੇਕ ਏਟੀਐਮ ਮੈਨੂੰ ਦੇ ਦਿੱਤਾ ਤੇ ਮੇਰੇ ਵਾਲਾ ਆਪ ਲੈ ਕੇ ਚਲੇ ਗਏ। ਤੁਸੀਂ 20 ਤਰੀਕ ਦੀ ਇਹ ਘਟਨਾ ਤੇ ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 20 ਤਰੀਕ ਦੀ ਘਟਨਾ ਹੈ, 20 ਮਈ ਦੀ, ਇਸੇ ਮਹੀਨੇ ਦੀ ਤੇ 12:55 ਦੇ ਟਾਈਮ ਹੈ। ਤੁਸੀਂ ਕੰਪਲੀਟ ਕੀਤੀ ਪੁਲਿਸ ਕੰਪਲੀਟ? ਹਾਂਜੀ, ਅਸੀਂ ਪੁਲਿਸ ਕੰਪਲੀਟ ਕੀਤੀ ਹੋਈ ਹੈ। ਤੇ ਤੁਸੀਂ ਮੇਲ ਦੇ ਸੰਬੰਧ ਵਿੱਚ ਕੋਈ ਬੈਂਕ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ? ਹਾਂਜੀ ਕੀਤੀ, ਉਹਨਾਂ ਨੂੰ ਵੀ ਐਪਲੀਕੇਸ਼ਨ ਲਿਖ ਕੇ ਦਿੱਤੀ ਗਈ ਹੈ। ਬੈਂਕ ਮੈਨੇਜਰ ਨੂੰ? ਹਾਂਜੀ, ਐਪਲੀਕੇਸ਼ਨ ਉਹਨਾਂ ਨੂੰ ਵੀ ਲਿਖ ਕੇ ਦਿੱਤੀ ਗਈ ਹੈ। ਤੇ ਹੁਣ ਤੁਸੀਂ ਥਾਣਾ ਸਿਟੀ ਆਏ, ਹੋਈ ਤੁਹਾਡੀ ਗੱਲ ਪੁਲਿਸ ਮੁਲਾਜ਼ਮਾਂ ਨਾਲ? ਹਾਂਜੀ, ਹੁਣ ਅਸੀਂ ਇੱਥੇ ਗੱਲ ਕੀਤੀ ਹੋਈ ਹੈ। ਸਰ, ਇੱਕ ਲੜਕੀ ਨਾਲ ਕੋਈ ਏਟੀਐਮ ਫਰਾਡ ਹੋਇਆ, ਕੀ ਮਾਮਲਾ ਜੀ? ਇਹਦੇ ਵਿੱਚ ਨਾ ਇੱਕ ਲੜਕੀ ਕਿਰਨਪ੍ਰੀਤ ਕੌਰ ਆ, ਉਹਨੇ ਕੰਪਲੇਂਟ ਦਿੱਤੀ ਹੈ ਕਿ ਉਹ ATM ਦੇ ਵਿੱਚੋਂ 20 ਤਰੀਕ ਨੂੰ ਪੈਸੇ ਕਢਾਉਣ ਗਈ ਸੀਗੀ ਤੇ ਜਿਹੜਾ ਕਿਸੇ ਪਿੱਛੇ ਖੜੇ ਵਿਅਕਤੀ ਨੇ ਉਸਦਾ ATM ਧੋਖੇ ਨਾਲ ਚੇਂਜ ਕਰ ਲਿਆ ਸੀ ਤੇ ਇਹਨੂੰ ਪਤਾ ਨਹੀਂ ਲੱਗਿਆ ਸੀਗਾ। ਤੇ ਇਹਨਾਂ ਨੇ ਕੱਲ੍ਹ ਜਿਹੜਾ ਜਦੋਂ ਪਤਾ ਆਪਣਾ ਬੈਂਕ ਵਿੱਚ ਅਕਾਊਂਟ ਚੈੱਕ ਕਰਾਇਆ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਜਿਹੜੇ 2,32,000 ਰੁਪਏ ਆ ਸਾਰਾ ਡਿਟੈਕਟ ਹੋ ਚੁੱਕਿਆ ਸੀ ਤੇ ਉਹ ਵੱਖ ਵੱਖ ਜਗ੍ਹਾ ਤੋਂ ਬੰਦੇ ਨੇ ਸ਼ਾਪਿੰਗ ਕਰਕੇ ਇਹਨਾਂ ਦੇ ਜਿਹੜੇ ਪੈਸੇ ਕੱਢ ਲਏ। ਤੇ ਕੀ ਕਾਰਵਾਈ ਕਰ ਰਹੇ? ਅਸੀਂ ਇਹਦੇ ਬਿਆਨਾਂ 'ਤੇ ਉਸ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਉਸਦੀ ਭਾਲ ਕਰਕੇ ਜਲਦ ਤੋਂ ਜਲਦ ਉਸਨੂੰ ਗ੍ਰਿਫਤਾਰ ਕਰਾਂਗੇ। ਕਿਹੜਾ ਬੈਂਕ ਸੀ ਸਰ? ਪੰਜਾਬ ਨੈਸ਼ਨਲ ਬੈਂਕ ਸੀਗਾ। ਅਤੇ ਬਾਕੀ ਅਸੀਂ ਹੋਰ ਵੀ ਸ਼ਹਿਰ ਵਾਸੀਆਂ ਨੂੰ ਮੈਸੇਜ ਦਿੰਦੇ ਹਾਂ ਕਿ ਅਗਰ ਤੁਸੀਂ ATM 'ਚੋਂ ਪੈਸੇ ਕਢਾਉਣ ਜਾਂਦੇ ਹੋ ਤਾਂ ਅੱਗੇ ਪਿੱਛੇ ਜ਼ਰੂਰ ਦੇਖੋ ਕਿ ਕੋਈ ਵਿਅਕਤੀ ਖੜ੍ਹਾ ਤੁਹਾਡਾ ATM ਦਾ ਪਾਸਵਰਡ ਦੇਖ ਰਿਹਾ ਜਾਂ ਕੋਈ ਤੁਹਾਡਾ ATM ਕੋਈ ਚੇਂਜ ਤਾਂ ਨਹੀਂ ਕਰਦੂਗਾ। ਅਤੇ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ATM ਕਢਾਉਣ ਵਿੱਚੋਂ ਪੈਸੇ ਕਢਾਉਂਦੇ ਆ ਤਾਂ ਸਿਰਫ ਇਕੱਲੇ ਅੰਦਰ ਹੋਵੋ ਅਤੇ ਬਾਕੀ ਜੇ ਕੋਈ ਬੰਦਾ ਅੰਦਰ ਖੜ੍ਹਾ ਹੈ ਤਾਂ ਉਹਨੂੰ ਕਹੋ ਵੀ ਭਾਈ ਸਾਹਿਬ ਤੁਸੀਂ ਸਾਡੇ ATM ਦੇ ਪਿੱਛੋਂ ਪੈਸੇ ਕਢਾਉਣ ਤੋਂ ਬਾਅਦ ਅੰਦਰ ਆਓ।